ਦੋਸਤੋ ਸਾਰਿਆਂ ਨੂੰ ਪਹਿਲਾਂ ਤਾਂ ਮੇਰੀ ਜੀ ਸਤਿ ਸ਼੍ਰੀ ਅਕਾਲ ਵੀ ਆ, ਨਮਸਕਾਰ ਔਰ ਅਦਾਬ ਵੀ ਹੈ। ਇੱਕ ਤਾਂ ਮੈਂ ਸਾਰੇ ਬਠਿੰਡਾ ਲੋਕ ਸਭਾ ਹਲਕਾ ਦੇ ਆਪਣੇ ਸਤਿਕਾਰਯੋਗ ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਜਿੰਨੇ ਭਾਈਵਾਲ ਪਾਰਟੀਆਂ ਨੇ, ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ, ਜਿਸ ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ, ਜਿਹਦੇ ਵਿੱਚ ਲੋਕ ਇਨਸਾਫ ਪਾਰਟੀ, ਜਿਸ ਵਿੱਚ ਡਾਕਟਰ ਧਰਮਵੀਰ ਗਾਂਧੀ ਐਮ ਪੀ ਪਟਿਆਲਾ ਦੀ ਪਾਰਟੀ, ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਪਾਸਲਾ ਸਾਹਿਬ ਦੀ, ਔਰ ਸਾਡੀ ਆਪਣੀ ਪੰਜਾਬ ਏਕਤਾ ਪਾਰਟੀ ਦੇ ਲੋਕਾਂ ਨੇ ਜੋ ਕੱਲ੍ਹ ਸ਼ਿਰਕਤ ਕੀਤੀ, ਔਰ ਜਿਸ ਢੰਗ ਦੇ ਨਾਲ ਬਠਿੰਡੇ ਪਹਿਲਾਂ ਵੱਡਾ ਕੱਟ ਕੀਤਾ, ਹਜ਼ਾਰਾਂ ਦਾ ਕੱਟ ਕੀਤਾ, ਮਤਲਬ ਜੈਨੂਅਨਲੀ, ਇੱਕ ਤਾਂ ਹੁੰਦਾ ਕਿ ਐਵੇਂ ਦਿਖਾਵਾ ਝੂਠ ਮੂਠ, ਔਰ ਉਸ ਤੋਂ ਬਾਅਦ ਲਗਭਗ ਕੋਈ 2:15 ਵਜੇ ਜਦੋਂ ਟੈਂਪਰੇਚਰ ਬਿਲਕੁਲ ਸਿਖਰਾਂ 'ਤੇ ਸੀ, ਮਤਲਬ ਉੱਪਰੋਂ ਵੀ ਤਪਸ਼ ਪੈ ਰਹੀ ਸੀ, ਥੱਲਿਓਂ ਵੀ ਤਪਸ਼ ਪੈ ਰਹੀ ਸੀ, ਐਡੀ ਤਪਦੇ ਮੌਸਮ ਵਿੱਚ, ਗਰਮੀ ਦੇ ਵਿੱਚ, ਆਲਮੋਸਟ ਅਪਰੋਕਸੀਮੇਟਲੀ 3 ਕਿਲੋਮੀਟਰ ਸਾਰਿਆਂ ਨੇ ਇੱਕ ਪੈਦਲ ਰੋਡ ਸ਼ੋਅ ਕੱਢਿਆ। ਕੱਲ੍ਹ ਸੁਖਬੀਰ ਸਿੰਘ ਬਾਦਲ ਅਮੀਰ ਆਦਮੀਆਂ ਨੇ ਰੋਡ ਸ਼ੋਅ ਗੱਡੀਆਂ ਮੋਟਰਾਂ ਨਾਲ ਕੱਢਿਆ, ਪਰਸੋਂ ਕੈਪਟਨ ਸਾਹਿਬ ਦੇ ਤਾਕਤਵਾਰ ਚੀਫ ਮਿਨਿਸਟਰ ਰਜਵਾੜੇ ਸ਼ਾਹੀਆਂ ਨੇ ਆਣ ਕੇ ਗੱਡੀਆਂ ਦੇ ਉੱਤੇ ਰੋਡ ਸ਼ੋਅ ਕੱਢਿਆ, ਜਾਂ ਜੋ ਵੀ ਆਪਣਾ ਮੁਜ਼ਾਹਰਾ ਕੀਤਾ ਆਪਣੀ ਸ਼ਕਤੀ ਦਾ, ਜਿਹੜਾ ਕਿ ਨਾਕਾਫੀ ਸੀਗਾ ਸਹੀ ਮਹੀਨਿਆਂ ਵਿੱਚ, ਮਤਲਬ ਮੈਂ ਕੋਈ ਹੰਕਾਰ ਨਾ ਸਮਝੋ, ਪਰ ਇੱਕ ਗੱਲ ਡੈਫੀਨੇਟਲੀ, ਇੱਕ ਗੱਲ ਦੋਨਾਂ ਪਾਰਟੀਆਂ ਦੇ ਸ਼ੋਅ ਨੂੰ ਰਿਕਾਰਡ ਅਸੀਂ ਸਾਡੇ ਇਕੱਠ ਨੇ ਉਹਨਾਂ ਨੂੰ ਮਾਤ ਦਿੱਤੀ, ਔਰ ਵੱਡਾ ਇਕੱਠ ਸੀਗਾ। ਔਰ ਜਿਹੜਾ ਇਹ 2.5-3 ਕਿਲੋਮੀਟਰ ਜਿਹਦੇ 'ਚ ਬਹੁਤ ਸਾਰੇ ਬਜ਼ੁਰਗ ਵੀ ਸੀਗੇ, ਜਿਹਦੇ 'ਚ ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਵੀ ਸੀ, ਸਾਰੇ ਜਿਹੜੇ ਨੇ ਉਹ ਬੜੀ ਸਪੀਡ ਦੇ ਨਾਲ ਤੁਰ ਕੇ, ਅਤੇ ਉਹਨਾਂ ਨੇ ਬੜੇ ਜਜ਼ਬੇ ਦੇ ਨਾਲ ਜਿਹੜਾ ਕੱਲ੍ਹ ਸਾਡਾ ਰੋਡ ਸ਼ੋਅ ਦੇ ਵਿੱਚ ਸ਼ਮੂਲੀਅਤ ਕੀਤੀ, ਉਹਨਾਂ ਸਾਰਿਆਂ ਨੂੰ ਮੇਰਾ ਸਲਾਮ ਵੀ ਹੈ ਅਤੇ ਸਲੂਟ ਵੀ ਆ। ਅੱਜ ਮੈਂ ਲਾਈਵ ਇਸ ਲਈ ਹੋਇਆ ਤੁਹਾਡੇ ਨਾਲ ਕਿਉਂਕਿ ਹੁਣ ਮੈਂ ਬੁੱਢਲਾਡੇ ਚੱਲਿਆ ਵਾਂ। ਤੁਸੀਂ ਸਾਰਿਆਂ ਨੇ ਕੱਲ੍ਹ ਦਾ ਇੱਕ ਰਾਜੇ ਵੜਿੰਗ ਦਾ ਕਰਪਸ਼ਨ ਦਾ ਐਕਟ ਦੇਖ ਲਿਆ ਹੋਊਗਾ। ਇੱਕ ਆਮ ਆਦਮੀ ਪਾਰਟੀ ਦੇ ਲੀਡਰ ਸੀ ਉੱਥੇ ਬੁੱਢਲਾਡੇ ਦਾ, ਟਿੰਕੂ ਮਦਾਨ ਪਰਿਵਾਰ ਹੈ, ਲੇਕਿਨ ਉਹਨੂੰ ਟਿੰਕੂ ਪੰਜਾਬ ਕਰਕੇ ਜਾਣਿਆ ਜਾਂਦਾ ਕਿਉਂਕਿ ਉਹ ਪੋਸੀਬਲੀ ਕਾਫੀ ਸੋਸ਼ਲ ਐਕਟੀਵਿਟੀਜ਼ ਵਿੱਚ ਆਪਣੇ ਆਪ ਨੂੰ ਬੁੱਢਲਾਡੇ ਅਤੇ ਇਰਦ ਗਿਰਦ ਦੇ ਏਰੀਏ ਵਿੱਚ ਇਨਵੋਲਵ ਰੱਖਦਾ ਵਾ, ਅਤੇ ਉਹਨੇ ਆਪਣਾ ਜਿਹੜਾ ਤਖੱਲਸ ਹੈ ਉਹ ਪੰਜਾਬ ਲਾਇਆ ਨਾਲ, ਟਿੰਕੂ ਪੰਜਾਬ। ਸੋ ਰਾਜਾ ਵੜਿੰਗ ਉਹਦੇ ਘਰ ਜਾਂਦਾ ਵਾ, ਔਰ ਨਾਲ ਲੋਕਲ ਜਿਹੜੇ ਕਾਂਗਰਸ ਦੇ ਲੀਡਰਸ ਆ ਉਹਨਾਂ ਨੂੰ ਨਾਲ ਲੈ ਕੇ ਜਾਂਦਾ, ਔਰ ਉਸ ਘਰ ਦੇ ਵਿੱਚ ਜਾ ਕੇ ਅੰਦਰ ਇੱਕ ਕਮਰੇ ਦੇ ਵਿੱਚ ਉਸ ਨਾਲ ਸੈਪਰੇਟਲੀ ਮੀਟਿੰਗ ਵੀ ਕਰਦਾ ਵਾ, ਔਰ ਫਿਰ ਬਾਹਰ ਨਿਕਲ ਕੇ ਉਹਦੇ ਗਲ ਵਿੱਚ ਕਾਂਗਰਸ ਦਾ ਪਰਨਾ ਪਾਉਂਦੇ ਨੇ, ਅਤੇ ਉਹਨਾਂ ਨੂੰ ਇਹ ਸ਼ੋਅ ਕਰਦੇ ਨੇ ਕਿ ਉਹ ਕਾਂਗਰਸ ਜੁਆਇਨ ਕਰ ਲਿਆ। ਉਹਦੇ ਦੌਰਾਨ ਹੀ ਟਿੰਕੂ ਬਜਾਜ ਜਿਹੜਾ ਉਹ ਬਹੁਤ ਮੈਂਟਲੀ ਪਰੇਸ਼ਾਨ ਨਜ਼ਰ ਆ ਰਿਹਾ ਵਾ ਇੱਕਦਮ ਉਸ ਵੀਡੀਓ ਦੇ ਵਿੱਚ ਜਿਹੜੀ ਕਿ ਆਲਮੋਸਟ ਵਾਇਰਲ ਹੋ ਗਈ, ਤੁਸੀਂ ਸਾਰਿਆਂ ਨੇ ਦੇਖ ਲਈ ਆ, ਔਰ ਉਹ ਰੋਣ ਹਾਕਾ ਜਿਹਾ ਹੋ ਗਿਆ ਕਿ ਅਸੀਂ ਇਹ ਸਾਨੂੰ ਰਾਜੇ ਵੜਿੰਗ ਨੇ 50,000 ਰੁਪਇਆ ਰਿਸ਼ਵਤ ਦੇਣ ਦੀ ਗੱਲ ਕੀਤੀ ਹੈ, 50,000 ਰੁਪਇਆ ਰਿਸ਼ਵਤ ਦਿੱਤੀ ਹੈ। ਉਹ 50,000 ਦੀ ਦੱਥੀ ਜਿਹੜੀ ਉਹਦੇ ਨੋਟਾਂ ਦਾ ਸੀਗਾ ਉਹ ਉਹਦੇ ਹੱਥ ਵਿੱਚ ਆ, ਔਰ ਉਹ ਦੁਬਾਰਾ ਕਹਿੰਦਾ ਵਾ ਕਿ ਅਸੀਂ ਭਗਤ ਸਿੰਘ ਦੇ ਵਾਰਸ ਹਾਂ, ਅਸੀਂ ਕੋਈ ਬਕਾਊ ਪਰਿਵਾਰ ਨਹੀਂ ਗਾ। ਤੋ ਮੈਂ ਅੱਜ ਜਿਹੜੀ ਤੁਹਾਡੇ ਨਾਲ ਗੱਲ ਚਰਚਾ ਕਰਨਾ ਚਾਹੁੰਦਾ, ਨਾ ਸਿਰਫ ਬਠਿੰਡਾ ਲੋਕ ਸਭਾ ਦੇ ਹਲਕੇ ਦੇ ਲੋਕਾਂ ਦੇ, ਬਲਕਿ ਵਿਸ਼ਵ 'ਚ ਬੈਠੇ ਪੰਜਾਬ ਦੇ ਲੋਕਾਂ ਨੂੰ, ਕਿ ਦੇਖ ਲਓ ਗੌਰਮੈਂਟ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਹੈ, ਪਰ ਇਹਨਾਂ ਨੂੰ ਆਪਣੇ ਆਪ 'ਤੇ ਕੋਈ ਯਕੀਨ ਨਹੀਂ ਗਾ ਕਿ ਲੋਕ ਸਾਨੂੰ ਵੋਟਾਂ ਪਾਉਣਗੇ। ਹੁਣ ਪੈਸੇ ਸੁੱਟਣ 'ਤੇ ਆ ਗਏ ਨੇ, ਬਾਦਲਾਂ ਦੇ ਪਰਿਵਾਰ ਦੇ ਪੈਸੇ ਸੁੱਟਣ ਦੀ ਸਟੋਰੀ ਤਾਂ ਸਾਰੀ ਦੁਨੀਆ ਨੂੰ ਪਤਾ ਵਾ, ਅਤੇ ਘੱਟ ਕਾਂਗਰਸ ਵੀ ਨਹੀਂ ਕਰ ਰਹੀ। ਪਰ ਇਹ ਜਿਹੜਾ ਰਾਜੇ ਵੜਿੰਗ ਦਾ ਬਲੇਟੈਂਟ ਐਕਟ ਆਫ ਕਰਪਸ਼ਨ ਹੈ, ਇਹ ਪੀਪਲਸ ਰੈਪ੍ਰਜੈਂਟੇਸ਼ਨ ਐਕਟ ਆਫ 1951, ਇਹ ਉਸ ਦਾ ਸੈਕਸ਼ਨ ਪੋਸੀਬਲੀ 171 ਵਾਇਲੇਟ ਕਰਦਾ ਵਾ ਬਹੁਤ ਬੁਰੀ ਤਰ੍ਹਾਂ ਨਾਲ, ਜਿਹੜਾ ਕਹਿੰਦਾ ਵਾ ਕਿ ਕੋਈ ਵੀ ਲੀਡਰ, ਕੋਈ ਵੀ ਕੈਂਡੀਡੇਟ ਕਿਸੇ ਵੋਟਰ ਨੂੰ ਅਗਰ ਕੋਈ ਕਰਪਟ ਪ੍ਰੈਕਟਿਸ ਕਰੇਗਾ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰੇਗਾ, ਉਹਦੇ ਖਿਲਾਫ਼ ਕ੍ਰਿਮੀਨਲ ਪ੍ਰੋਸੀਡਿੰਗਸ ਵੀ ਹੋ ਸਕਦੇ, ਉਹ ਤਾਂ ਬਰਾਈਬਰੀ ਦੇ ਅੰਡਰ ਅਗਰ ਪੁਲਿਸ ਕੋਗਨੀਜੈਂਸ ਲੈਣਾ ਚਾਹੇ ਤਾਂ, ਜਿਹੜਾ 50,000 ਰਿਸ਼ਵਤ ਦਿੱਤੀ ਆ ਰਾਜੇ ਵੜਿੰਗ ਨੇ ਉਹਦੇ ਘਰ ਜਾ ਕੇ ਟਿੰਕੂ ਪੰਜਾਬ ਦੇ, ਤਾਂ ਇਮੀਡੀਏਟਲੀ ਪੁਲਿਸ ਪਰਚਾ ਦਰਜ ਕਰ ਸਕਦੀ। ਫਰਜ਼ ਕਰੋ ਇਹੀ ਐਕਟ ਪੰਜਾਬ ਦੇ ਵਿੱਚ ਕਿਸੇ ਵਿਰੋਧੀ ਧਿਰ ਦੀ ਪਾਰਟੀ ਨੇ ਕੀਤਾ ਹੁੰਦਾ, ਲੈਟਸ ਪੁੱਟ ਇਟ ਕਿ ਅਗਰ ਫਰਜ਼ ਕਰੋ ਮੇਰੇ ਵਰਗੇ ਬੰਦੇ ਨੇ ਕਿਸੇ ਦੇ ਘਰ ਵਿੱਚ ਜਾ ਕੇ ਪੈਸੇ ਦਿੱਤੇ ਹੁੰਦੇ,
ਇਹਨਾਂ ਨੇ ਕੱਲ ਹੀ ਸ਼ਾਮ ਨੂੰ ਅੰਡਰ ਦੀ ਸੈਕਸ਼ਨਸ ਆਫ ਬਰਾਈਬਰੀ IPC ਵਿੱਚ ਸਿੱਧਾ ਡਾਇਰੈਕਟਲੀ ਪੁਲਿਸ ਸਟੇਸ਼ਨ ਬੁਢਲਾਡਾ ਵਿੱਚ ਮੇਰੇ ਖਿਲਾਫ ਪਰਚਾ ਦਰਜ ਕਰ ਦੇਣਾ ਸੀਗਾ, ਪਰ ਕਿਉਂਕਿ ਇਹਨਾਂ ਦਾ ਰਾਜ ਹੈ, ਕੈਪਟਨ ਸਾਹਿਬ ਨੂੰ ਮਤਲਬ ਹੁਣ ਉਹੀ ਚੀਜ਼ਾਂ ਦਿਸਦੀਆਂ ਨੇ ਅੱਖਾਂ 'ਚੋਂ ਜਿਹੜੀਆਂ ਕੋਈ ਵਿਰੋਧੀ ਕਰਦੇ ਨੇ, ਆਪਣੇ ਲੀਡਰਾਂ ਦੀਆਂ ਕੋਈ ਗਲਤੀਆਂ ਇਹਨਾਂ ਨੂੰ ਨਹੀਂ ਦਿਸ ਰਹੀਆਂ, ਚਾਹੇ ਉਹ ਔਰਤਾਂ ਦੀ ਤੁਹੀਨ ਕਰਨ, ਭਾਰਤ ਭੂਸ਼ਣ ਵਰਗੇ, ਸਾਧੂ ਸਿੰਘ ਵਰਗੇ ਨਲਾਇਕ ਮਿਨਿਸਟਰ ਇੱਕ ਪ੍ਰਿੰਸੀਪਲ ਦੀ ਜਨਤਕ ਇਕੱਠ ਵਿੱਚ ਬੇਇੱਜ਼ਤੀ ਕਰੇ, ਭਾਰਤ ਭੂਸ਼ਣ ਆਸ਼ੂ ਸ਼ਰੇਆਮ CLU ਦੇ ਵਿੱਚ ਪੈਸੇ ਲਵੇ, ਅਮਰਿੰਦਰ ਸਿੰਘ ਨੂੰ ਕੁਛ ਨਹੀਂ ਦਿਸ ਰਿਹਾ। ਸੋ ਮੈਂ ਕਮਿੰਗ ਬੈਕ ਟੂ ਦਾ ਪੁਆਇੰਟ, ਮੈਂ ਬੁਢਲਾਡੇ ਚੱਲਿਆ ਹੁਣ ਇਸ ਵੇਲੇ, ਕਾਂਗਰਸ ਦੀ ਹਲੇ MP ਬਣੇ ਵੀ ਨਹੀਂ ਭਾਈ ਸਾਹਿਬ, ਅਤੇ ਪਹਿਲਾਂ ਹੀ ਪੈਸੇ ਸੁੱਟ ਰਹੇ ਨੇ, ਤਾਂ ਮੈਂ ਸਮੂਹ ਪੰਜਾਬ ਦੇ ਬਠਿੰਡਾ ਦੇ ਵੋਟਰਸ ਨੂੰ ਕਹਿਣਾ ਚਾਹੁੰਦਾ ਕਿ ਮੇਰੇ ਵੀਰੋ ਭੈਣੋ, ਇੱਕ ਬੰਦੇ ਦਾ ਕਿਰਦਾਰ ਤੁਹਾਡੇ ਸਾਹਮਣੇ ਆ ਚੁੱਕਾ ਵਾ, ਇਹ ਤੁਹਾਡੇ ਵਾਸਤੇ ਪਾਰਲੀਮੈਂਟ ਵਿੱਚ ਕੀ ਲੜੇਗਾ, ਇਹ ਤੁਹਾਡੇ ਵਾਸਤੇ ਤੁਹਾਡੇ ਬੇਸਿਕ ਇਸ਼ੂਜ਼ ਜਿਹੜੇ ਨੇ ਉਹ ਕਿੱਥੇ ਜਾ ਕੇ ਐਡਰੈਸ ਕਰੇਗਾ, ਕਿਉਂਕਿ ਇਹਨੂੰ ਤਾਂ ਪੈਸੇ ਦਾ ਹੰਕਾਰ ਹੈ, ਉੱਦਾਂ ਸੌਂਦਾ ਜਾ ਕੇ ਰਾਤ ਨੂੰ ਘਰ ਕਿਸੇ ਗਰੀਬ ਦੇ ਆ ਡਰਾਮਾ ਕਰਕੇ ਲਾਈਵ ਕਰਕੇ, ਅਤੇ ਰਾਤ ਰੋਟੀ ਵੀ ਖਾਂਦਾ ਵਾ ਇੱਕ ਗਰੀਬ ਦੇ ਘਰ, ਹਾਲਾਂਕਿ ਉਹਨਾਂ ਨੂੰ ਵੀ ਨੰਬਰ ਨਹੀਂ ਦੇ ਕੇ ਆਉਂਦਾ ਆਪਣਾ, ਬਟ ਉਹ ਸਾਰੀ ਇੱਕ ਡਰਾਮੇਬਾਜ਼ੀ ਕਰਕੇ, ਨੌਟੰਕੀ ਕਰਕੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਗਰੀਬਾਂ ਦਾ ਹਿਤੈਸ਼ੀ ਹਾਂ, ਪਰ ਨਾਲ ਮੌਕਾ ਮਿਲਦੇ ਹੀ ਇੱਕ ਪਰਿਵਾਰ ਦੀਆਂ ਵੋਟਾਂ, ਟਿੰਕੂ ਪੰਜਾਬ ਦੀਆਂ ਵੋਟਾਂ 5-7 ਹੋਣਗੀਆਂ ਨਾ, ਸੋ ਮਤਲਬ 10,000 ਰੁਪਇਆ ਰੇਟ ਲਾਤਾ ਇੱਕ ਵੋਟ ਦਾ, 50,000 ਰੁਪਇਆ ਇਸੇ ਨਹੀਂ ਦੇ ਰਿਹਾ ਸੀ ਇਹਨਾਂ ਨੂੰ ਕਿ ਮੈਨੂੰ ਆਪਣੀ ਫੈਮਿਲੀ ਦੀਆਂ ਵੋਟਾਂ ਤੁਸੀਂ ਪਾਓ, ਸਿੱਧਾ ਸਿੱਧਾ ਕਰਪਸ਼ਨ, ਸਿੱਧਾ ਸਿੱਧਾ ਕਰਪਸ਼ਨ, ਪੋਲਿਊਟਿੰਗ ਦੀ ਇਲੈਕਟੋਰਲ ਪ੍ਰੋਸੈਸ। ਬਹੁਤ ਦੁੱਖ ਹੋਇਆ ਮੈਨੂੰ ਕਿ ਇੱਕ ਕਾਂਗਰਸ ਦਾ ਲੀਡਰ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਦੀ ਸਰਕਾਰ ਹੈ, ਉਹਨੂੰ ਕੋਈ ਟੋਕਣ ਵਾਲਾ ਨਹੀਂ ਗਾ, ਉਹਦੇ ਘਰ ਜਾ ਕੇ 50,000 ਰੁਪਇਆ ਰਿਸ਼ਵਤਖੋਰੀ, ਔਰ ਪੰਜਾਬ ਦੇ ਪੋਲੀਟੀਕਲ ਸਿਸਟਮ ਨੂੰ ਇਹ ਤਬਾਹ ਕਰ ਦੇਣਗੇ ਮੇਰੇ ਵੀਰੋ। ਔਰ ਮੈਂ ਤੁਹਾਨੂੰ ਦੱਸ ਦੇਣਾ, ਜਿੱਦਣ MP ਬਣ ਗਿਆ, ਇਹ ਇੱਦਾਂ ਦੇ ਕਈ ਹਜ਼ਾਰ 50,000 ਰੁਪਏ ਕਮਾਉਣਗੇ, ਕਈ ਸੈਂਕੜੇ ਹਜ਼ਾਰਾਂ 50,000 ਕਮਾਉਣਗੇ, ਅਤੇ ਫਿਰ ਹੀ ਇਲੈਕਸ਼ਨਾਂ ਦੀ ਅਗਲੀ ਵਾਰੀ ਤਿਆਰੀ ਕਰਨਗੇ ਨਾ, ਤਾਂ ਕਿ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਹੋਰ ਵੀ ਪੈਸੇ ਮਿਲ ਸਕਣ, ਇਲੈਕਸ਼ਨਾਂ ਹੋਰ ਪੈਸੇ ਨਾਲ ਲੜ ਸਕਣ। ਨਹੀਂ ਯਾਰ, ਲੋੜ ਬਣ ਕੀ ਕਰੀ ਜਾਂਦਾ ਤੁਸੀਂ, ਇਲੈਕਸ਼ਨਾਂ ਇਹ ਹੋਰ ਲੜ ਸਕਣ ਪੈਸੇ ਦੇ ਬਲ ਦੇ ਉੱਤੇ। ਇਸ ਕਰਕੇ ਇਹ ਜਿਹੜੀ ਰਿਸ਼ਵਤਖੋਰੀ ਦਾ ਕੰਮ ਕੀਤਾ ਰਾਜੇ ਵੜਿੰਗ ਨੇ, ਦਿਸ ਇਜ਼ ਹਾਈਲੀ ਕੰਡੈਮਨੇਬਲ, ਇਟ ਇਜ਼ ਹਾਈਲੀ ਡਿਪਲੋਰੇਬਲ, ਔਰ ਇਹਦੇ 'ਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਮੀਡੀਏਟ ਕੋਗਨੀਜੈਂਸ ਲੈਣੀ ਚਾਹੀਦੀ ਆ ਅੰਡਰ ਦ ਰੈਲੇਵੈਂਟ ਸੈਕਸ਼ਨਸ ਆਫ ਪੀਪਲਸ ਰਿਪ੍ਰੈਜੈਂਟੇਸ਼ਨ ਐਕਟ 1951। ਐਕਚੁਅਲੀ ਸਪੀਕਿੰਗ, ਹੀ ਸ਼ੁੱਡ ਬੀ ਡਿਸਕੁਆਲੀਫਾਈਡ ਐਜ ਕੈਂਡੀਡੇਟ ਆਫ ਦ ਕਾਂਗਰਸ ਫਰੋਮ ਬਠਿੰਡਾ ਲੋਕ ਸਭਾ। ਇਹਨੂੰ ਬਤੌਰ ਬਠਿੰਡਾ ਦੇ ਲੋਕ ਸਭਾ ਦੇ ਉਮੀਦਵਾਰ ਵਜੋਂ ਚੋਣ ਕਮਿਸ਼ਨ ਆਫ ਇੰਡੀਆ ਨੂੰ ਇਹਨੂੰ ਡਿਸਕੁਆਲੀਫਾਈ ਕਰ ਦੇਣਾ ਚਾਹੀਦਾ ਵਾ, ਤਾਂ ਕਿ ਲੋਕਾਂ ਨੂੰ ਨਸੀਹਤ ਅਤੇ ਸਬਕ ਹੋਵੇ ਕਿ ਕੋਈ ਵੀ ਉਮੀਦਵਾਰ ਇਹ ਹਿੰਮਤ ਨਾ ਕਰੇ ਕਿ ਲੋਕਾਂ ਦੇ ਵਿੱਚ ਜਾ ਕੇ ਸ਼ਰੇਆਮ ਦਿਨ ਦਿਹਾੜੇ ਪੈਸੇ ਵੰਡ ਸਕੇ, ਔਰ ਨਾਲ ਕਿ ਇਹ ਉਹ ਲੋਕ ਨੇ ਜਿਹੜੇ ਉਹਨਾਂ ਦੀ ਗੁਰਬਤ ਦਾ, ਉਹਨਾਂ ਦੇ ਕਮਜ਼ੋਰ ਆਰਥਿਕ ਸਟੇਟਸ ਦਾ ਇਹ ਮਜ਼ਾਕ ਉਡਾਉਂਦੇ ਨੇ। ਮਤਲਬ ਇਹਨਾਂ ਲਈ ਪੈਸਾ ਜਿਹੜਾ ਵਾ ਉਹ ਪ੍ਰਬਲ ਆ, ਇਹਨਾਂ ਲਈ ਕੰਮ ਪ੍ਰਬਲ ਨਹੀਂ ਹੈਗੇ। ਇਹੀ ਗਲਤੀ ਅਮਰਿੰਦਰ ਸਿੰਘ ਨੇ ਕੀਤੀ ਜਦੋਂ ਨਾਜਰ ਸਿੰਘ ਮਾਨਸ਼ਾਹੀਆ ਨੂੰ ਕਾਂਗਰਸ ਜੁਆਇਨ ਕਰਾਈ ਹੈ। ਮਤਲਬ ਸਾਡੀ ਚੋਣ ਪ੍ਰਣਾਲੀ ਨੂੰ ਗੰਦਲਾ ਕਰ ਰਹੇ ਨੇ ਲੋਕ, ਰਾਜੇ ਵੜਿੰਗ ਵਰਗੇ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ। ਬਾਦਲ ਤਾਂ ਪਹਿਲਾਂ ਹੀ ਮਸ਼ਹੂਰ ਸੀਗੇ, ਔਰ ਰਾਜਾ ਕੈਪਟਨ ਅਮਰਿੰਦਰ ਸਿੰਘ ਕੋਲ 78 ਵਿਧਾਇਕ ਨੇ, ਫਿਰ ਵੀ ਉਹਨੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਜੁਆਇਨ ਕਰਾਇਆ, ਔਰ ਇਹਦਾ ਮਤਲਬ ਹੈ ਕਿ ਬਠਿੰਡੇ ਵਿੱਚ ਉਹ ਸ਼ੋਰ ਨਹੀਂ ਆਪਣੀ ਵਿਕਟਰੀ ਨੂੰ ਲੈ ਕੇ, ਉਹ ਕਮਜ਼ੋਰ ਦਿਲ ਹੈ ਉਹਨਾਂ ਦਾ ਕਿ ਪਤਾ ਨਹੀਂ ਅਸੀਂ ਜਿੱਤਣਾ ਕਿ ਨਹੀਂ ਜਿੱਤਣਾ, ਅਸੀਂ ਕੋਈ MLA ਤੋੜੀਏ ਜਿੱਤਣ ਵਾਸਤੇ। ਉਹਨਾਂ ਨੇ ਮਾਨਸਾ ਦੇ MLA ਨੂੰ ਤੋੜਿਆ, ਹੁਣ ਉਹਦਾ ਕਿੰਨਾ ਅਸਰ ਪੈਂਦਾ ਇਹ ਤਾਂ ਵੋਟਰ ਹੀ ਦੱਸਣਗੇ, ਪਰ ਜਿੰਨੀ ਮੇਰੇ ਕੋਲ ਇਨਫੋਰਮੇਸ਼ਨ ਆਈ ਆ, ਨਾਜਰ ਸਿੰਘ ਦੇ ਇਸ ਕਦਮ ਨੂੰ ਮਾਨਸਾ ਦੇ ਵੋਟਰਸ ਨੇ ਬਹੁਤ ਬੁਰਾ ਮਨਾਇਆ, ਔਰ ਮਨਾਉਣਾ ਵੀ ਚਾਹੀਦਾ ਸੀਗਾ ਕਿਉਂਕਿ ਇਹ ਵੱਡੇ ਪੱਧਰ ਦੇ ਉੱਤੇ ਵੋਟਰਸ ਨਾਲ ਵੀ ਧੋਖਾਧੜੀ ਹੋਈ ਆ। ਸੋ ਮੈਂ ਇੱਕ ਵਾਰ ਫਿਰ ਸਾਰੇ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ, ਬਠਿੰਡਾ ਲੋਕ ਸਭਾ ਦੇ ਵੋਟਰਸ ਨੂੰ ਖਾਸ ਤੌਰ 'ਤੇ, ਇਸ ਤਰ੍ਹਾਂ ਦਾ MP ਚੋਣ ਤੁਸੀਂ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਹੀ ਭ੍ਰਿਸ਼ਟਾਚਾਰ ਕਰ ਰਿਹਾ ਵਾ, ਜਿਹੜਾ ਵੋਟਰਸ ਨੂੰ ਕਰਪਟ ਕਰ ਰਿਹਾ ਵਾ, ਇਹਦਾ ਮਤਲਬ ਉਹਦੀ ਪ੍ਰਾਇਰਿਟੀ ਪੈਸਾ ਵਾ, ਉਹਦਾ ਮਤਲਬ ਉਹਦੀ ਪ੍ਰਾਇਰਿਟੀ ਬਾਏ ਜਿਤਨਾ ਬਾਏ ਹੁੱਕ ਔਰ ਕਰੁੱਕ ਆ, ਇਹ ਫਿਰ ਤੁਹਾਡੇ ਇਸ਼ੂਜ਼ ਪਾਰਲੀਮੈਂਟ ਵਿੱਚ ਕਿੱਦਾਂ ਉਠਾਊਗਾ, ਇਹ ਮੈਂ ਤੁਹਾਨੂੰ ਕਹਿਣ ਵਾਸਤੇ ਅੱਜ ਤੁਹਾਡੇ ਕਚਹਿਰੀ ਵਿੱਚ ਲਾਈਵ ਹੋਇਆ ਵਾਂ। ਮੈਨੂੰ ਪੂਰਨ ਆਸ ਆ ਕਿ ਸਾਰੇ ਵੋਟਰਸ ਦੇਖ ਰਹੇ ਨੇ, ਸਮਝ ਰਹੇ ਨੇ, ਔਰ ਇਹਨਾਂ ਦੋਨਾਂ ਪਾਰਟੀਆਂ ਨੂੰ ਮੇਰੀ ਤੁਹਾਨੂੰ ਬੇਨਤੀ ਕਿ ਰਿਜੈਕਟ ਕਰੋ, ਆਪਾਂ ਬਹੁਤ ਇਹਨਾਂ ਦੇ ਇੱਦਾਂ ਦੇ ਐਕਸ਼ਨ ਦੇਖ ਲਏ। ਇੱਕ 12 ਪੜ੍ਹਿਆ ਜਮਾਤ ਮੁੰਡਾ ਭੀਖੀ 'ਚ ਟੱਕਰ ਗਿਆ ਰਾਜੇ ਵੜਿੰਗ ਨੂੰ, ਇਹ ਉਹਦੇ ਜਵਾਬ ਨਹੀਂ ਦੇ ਸਕਿਆ।
ਔਰ ਉਹਨੂੰ ਪੁੱਛਦਾ ਕਿੰਨਾ ਪੜ੍ਹਿਆ ਤੂੰ, ਉਹ ਕਹਿੰਦਾ ਜੀ ਮੈਂ 12, ਅਤੇ ਉਹ ਅੱਗੇ ਕਿਉਂ ਨਹੀਂ ਪੜ੍ਹਿਆ, ਉਹ ਕਹਿੰਦਾ ਜੀ ਮੇਰੇ ਘਰ ਦੇ ਹਾਲਾਤ ਨਹੀਂ ਸੀਗੇ, ਮਤਲਬ ਮੇਰੇ ਕੋਲ ਪੈਸਾ ਨਹੀਂ ਗਾ। ਸ਼ਰਮ ਨਹੀਂ ਆਈ ਰਾਜੇ ਵੜਿੰਗ ਨੂੰ ਕਿ ਤੁਹਾਡੀਆਂ ਸਰਕਾਰਾਂ ਹੋਣ ਦੇ ਬਾਵਜੂਦ ਬੱਚੇ 12 ਤੋਂ ਉੱਤੇ ਨਹੀਂ ਪੜ੍ਹ ਸਕਦੇ ਕਿਉਂਕਿ ਉਹਨਾਂ ਦੀ ਆਰਥਿਕ ਪੋਜੀਸ਼ਨ ਇਹ ਹੈ। ਸੋ ਇਹ ਜਿਹੜਾ ਸਾਰਾ ਸਿਸਟਮ ਕਰਪਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਅਤੇ ਅਕਾਲੀ ਦਲ, ਆਓ ਮੇਰੇ ਵੀਰੋ ਵੋਟਰਸ ਬਠਿੰਡੇ ਨੂੰ, ਤੁਸੀਂ ਤਾਂ ਸਿਰਫ ਬਟਨ ਹੀ ਦਬਾਉਣਾ ਯਾਰ, ਕਿਉਂ ਐਵੇਂ ਇਹਨਾਂ ਦੇ ਮਗਰ ਝੰਡੇ ਚੱਕ ਕੇ ਨਾਰੇ ਲਾਈ ਜਾਂਦੇ ਹੋ? ਇਹਨਾਂ ਦੇ ਪੱਲੇ ਕੁਛ ਨਹੀਂ ਗਾ, ਇਹ ਤੁਹਾਡਾ ਕੁਛ ਨਹੀਂ ਸਵਾਰ ਸਕਣਗੇ, ਇਹ ਸਿਰਫ ਬਰਸਾਤੀ ਡੱਡੂ ਨੇ। ਇਹਨਾਂ 15-18-20 ਦਿਨ ਵਿੱਚ ਇਹਨਾਂ ਨੇ ਨਿਕਲਣਾ ਵਾ, ਇਹਨਾਂ 20-25 ਦਿਨਾਂ ਦੇ ਵਿੱਚ ਗਰੀਬਾਂ ਦੇ ਘਰਾਂ ਵਿੱਚ ਸੌਣਾ ਵਾ। ਮੈਂ ਰਾਜੇ ਵੜਿੰਗ ਨੂੰ ਪੁੱਛਣਾ ਚਾਹੁੰਦਾ, ਪਹਿਲਾਂ ਨਹੀਂ ਸੁੱਤਾ, 10 ਸਾਲ ਗਿੱਦੜਬਾਹੇ ਦੇ MLA ਰਹੇ, ਤੁਸੀਂ ਕਿੱਥੇ ਸੀਗੇ ਉਦੋਂ? ਨਹੀਂ ਸੁੱਤੇ ਗਰੀਬਾਂ ਦੇ ਘਰਾਂ ਵਿੱਚ ਜਾ ਕੇ, ਸਿਰਫ ਡਰਾਮੇਬਾਜ਼ੀ ਯਾਰ ਕਰਕੇ ਅਤੇ ਵੋਟਾਂ ਲੈਣਾ ਚਾਹੁੰਦੇ ਆ। ਔਰ ਜਿਹੜਾ ਆਹ 50,000 ਦੀ ਰਿਸ਼ਵਤ ਖੋਰੀ ਆ, ਮੈਂ ਘਰ ਉਹਨਾਂ ਦੇ ਡਿਸਕਸ ਕਰਨ ਚੱਲਿਆ, ਔਰ ਅਗਰ ਮੈਨੂੰ ਲੱਗਿਆ ਕਿ ਇਹ ਸਾਰੀ ਗੱਲ ਜਿਹੜੀ ਹੈਗੀ ਆ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨੋਟਿਸ 'ਤੇ ਆਉਣੀ ਚਾਹੀਦੀ, ਤਾਂ ਆਈ ਵਿਲ ਡੈਫੀਨੇਟਲੀ ਬ੍ਰਿੰਗ ਇਟ ਟੂ ਦਿਓਰ ਨੋਟਿਸ, ਤਾਂ ਕਿ ਇੱਦਾਂ ਦੇ ਕਰਪਟ ਲੀਡਰਸ ਨੂੰ ਸਾਰੀ ਫਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਕਿ ਇਹ ਰੁਕਾਵਟਾਂ ਪਾ ਰਹੇ ਨੇ ਚੋਣ ਪ੍ਰਣਾਲੀ, ਚੋਣ ਤਾਂ ਸਾਫ਼ ਹੋ ਹੀ ਨਹੀਂ ਸਕਦੀ ਜਦੋਂ ਸਾਰੀ ਸਰਕਾਰ ਨਾਲ ਇਹਦੇ ਰਲੀ ਹੋਈ ਆ, ਔਰ ਸਾਰੀ ਸਰਕਾਰ ਦੀ ਮਸ਼ੀਨਰੀ ਰਾਜੇ ਵੜਿੰਗ ਦਾ ਇਲੈਕਸ਼ਨ ਕੈਂਪੇਨ ਪਿੱਛੋਂ ਰਨ ਕਰ ਰਹੀ ਆ। ਫਰੀ ਐਂਡ ਫੇਅਰ ਇਲੈਕਸ਼ਨ ਬਠਿੰਡੇ ਦੇ ਵਿੱਚ ਕਿਸ ਤਰ੍ਹਾਂ ਹੋ ਜਾਏਗੀ? ਪਰ ਆਹ ਜਿਹੜਾ ਰਿਸ਼ਵਤਖੋਰੀ ਆ ਇਹਦਾ ਸਿਰਾ ਹੀ ਕਰਤਾ ਨਾ, ਇਹ ਤਾਂ ਮਤਲਬ ਜਿਸ ਕਰਕੇ ਸਾਡਾ ਭਾਰਤ ਜਾਣਿਆ ਜਾਂਦਾ ਸਾਰੀ ਦੁਨੀਆ ਵਿੱਚ, ਇਹਨਾਂ ਰਾਜੇ ਵੜਿੰਗ ਵਰਗੇ ਕਰਪਟ ਲੀਡਰਸ ਦੇ ਕਰਕੇ ਹੀ ਜਾਣਿਆ ਜਾਂਦਾ। ਸੋ ਮੈਂ ਸਾਰੇ ਵੋਟਰਸ ਨੂੰ ਕਹੂੰਗਾ ਕਿ ਇੱਦਾਂ ਦੀਆਂ ਹਰਕਤਾਂ ਦੇਖਣ ਤੋਂ ਬਾਅਦ, ਔਰ ਜੋ ਇਹ ਵੀਡੀਓਜ਼ ਉੱਤੇ ਜਿਸ ਢੰਗ ਦੇ ਨਾਲ ਜੋ ਇਹ ਬਠਿੰਡੇ ਦੇ ਵਿੱਚ ਜਾ ਕੇ ਪਹਿਲਾਂ ਹੀ ਬਾਜ਼ਾਰ ਦੇ ਲੋਕਾਂ ਨੂੰ ਡਰਾ ਧਮਕਾ ਕੇ ਬਾਜ਼ਾਰ ਬੰਦ ਕੀਤਾ ਅਤੇ ਕਾਂਗਰਸ ਨੇ ਰੈਲੀ ਕੀਤੀ, ਇਹ ਤਾਂ ਹਲੇ ਬਣੇ ਵੀ ਨਹੀਂ ਗਏ ਅਤੇ ਬਣਨ ਤੋਂ ਪਹਿਲਾਂ ਹੀ ਹਰਕਤਾਂ ਕਰਦੇ ਨੇ। ਸੋ ਕਾਈਂਡਲੀ ਪਲੀਜ਼, ਇਹਨਾਂ ਦਾ ਸਾਰਾ ਕਿਰਦਾਰ ਤੁਹਾਡੇ ਸਾਹਮਣੇ ਆ, ਨਾ ਵੋਟ ਪਾਇਓ ਸਿਰਫ ਇਸ ਕਰਕੇ ਕਿ ਮੇਰਾ ਦਾਦਾ ਕਾਂਗਰਸੀ ਸੀ, ਮੇਰਾ ਪੜਦਾਦਾ ਅਕਾਲੀ ਸੀ, ਨਾ ਵੋਟ ਪਾਇਓ ਇਹਨਾਂ ਨੂੰ। ਇਸ ਕਰਕੇ ਵੋਟ ਪਾਓ ਇਨਸਾਫ ਪਸੰਦੀ ਦੇ ਨਾਲ, ਆਪਣੀ ਜ਼ਮੀਰ ਦੀ ਆਵਾਜ਼ ਸੁਣੋ, ਪੰਜਾਬ ਦੇ ਹਾਲਾਤ ਦੇਖੋ, ਨਸ਼ਾ, ਬੇਰੁਜ਼ਗਾਰੀ, ਕਿਸਾਨਾਂ ਦਾ ਕਰਜ਼ਾ, ਔਰ ਜੋ ਇਸ ਵਕਤ ਅਰਾਜਕਤਾ ਵਾ, ਔਰ ਜੋ ਸਾਡਾ ਬਠਿੰਡੇ ਵਿੱਚ ਪਰਟੀਕੁਲਰਲੀ ਇੱਡੇ ਵੱਡੇ ਪੱਧਰ 'ਤੇ ਕੈਂਸਰ ਆ, ਇੱਡੇ ਵੱਡੇ ਪੱਧਰ 'ਤੇ ਕੈਂਸਰ ਆ ਕਿ ਅੱਜ ਮੈਨੂੰ ਇੱਕ ਪੱਤਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾ ਇੱਕ ਉਹਨਾਂ ਨੇ ਆਪਣਾ ਅਲੱਗ ਟੂਰ ਪ੍ਰੋਗਰਾਮ ਬਣਾਇਆ ਹੋਇਆ ਵਾ ਲੰਬੀ ਦਾ, ਉਹ ਰੋਜ਼ ਕੋਈ 20-25 ਘਰਾਂ 'ਚ ਅਫਸੋਸ ਕਰਨ ਜਾਂਦੇ ਨੇ, ਜਿਹੜੇ ਲੋਕ ਅੱਜ ਤੋਂ 5-7 ਸਾਲ ਪਹਿਲਾਂ ਵੀ ਮਰ ਗਏ, ਉਹ ਵੀ ਲਿਸਟ ਕੱਢ ਲਈ ਸਾਰੀ, 2-3 ਸਾਲ 4 ਸਾਲ ਪੁਰਾਣੇ। ਪਰ ਉਸ ਜਿਹੜੀ ਵਰਣਨਯੋਗ ਗੱਲ ਹੈ ਉਹਦੇ 'ਚ ਮੈਨੂੰ ਅੱਜ ਉਹਨੇ ਲਿਸਟ ਦਿਖਾਈ, ਉਸ 20 ਘਰਾਂ ਵਿੱਚੋਂ 5 ਘਰ ਕੈਂਸਰ ਨਾਲ ਮੌਤ ਹੋਈ, ਉਹਨੇ ਕਾਰਨ ਲਿਖਿਆ ਕਿ ਕਿਉਂ ਮਰੇ ਨੇ। ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀਆਂ ਮੌਤਾਂ ਕੈਂਸਰ ਨਾਲ ਹੋ ਰਹੀਆਂ। ਇਹ ਲੋਕ ਸਾਰੇ ਜ਼ਿੰਮੇਵਾਰ ਨੇ ਆਪਣੇ ਇਲਾਕਿਆਂ ਵਿੱਚ ਕੈਂਸਰ ਅਤੇ ਜ਼ਹਿਰੀਲਾ ਪਾਣੀ ਦੇਣ ਵਾਸਤੇ, ਬੇਰੁਜ਼ਗਾਰੀ ਦੇਣ ਲਈ। ਸੋ ਇਸ ਰਾਜੇ ਵੜਿੰਗ ਦੀ 50,000 ਦੀ ਬਲੇਟੈਂਟ ਸ਼ਰੇਆਮ ਰਿਸ਼ਵਤਖੋਰੀ ਦੀ ਸਾਰਿਆਂ ਨੂੰ ਕੰਡੈਮ ਕਰਕੇ ਇਹਨਾਂ ਦੀ ਮੁਖਾਲਫਤ ਕਰਨੀ ਚਾਹੀਦੀ। ਤਾਂ ਮੈਂ ਚੱਲਿਆ ਵਾਂ ਬੁਢਲਾਡੇ ਟਿੰਕੂ ਪੰਜਾਬ ਦੇ ਘਰ, ਬਾਕੀ ਦੀ ਕਾਰਵਾਈ ਉੱਥੇ ਸਾਰੀ ਗੱਲ ਸੁਣ ਕੇ ਦੁਬਾਰਾ ਫਿਰ ਤੁਹਾਡੀ ਕਚਹਿਰੀ ਵਿੱਚ ਹਾਜ਼ਰ।